ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੁਲਿਸ ਦਾਅਵੇ ਕਰਦੀ ਹੈ ਕਿ ਨਕੇਲ ਕੱਸੀ ਜਾ ਰਹੀ ਹੈ, ਚੰਡੀਗੜ੍ਹ ਹੋਵੇ ਜਾਂ ਪੰਜਾਬ ਹੋਵੇ, ਲੇਕਿਨ ਕਈ ਲੋਕਾਂ ਦੇ ਵਿੱਚ ਰੋਸ਼ ਹੈ ਕਿ ਨਸ਼ਾ ਵੀ ਵਿਕ ਰਿਹਾ ਹੈ ਜਾਂ ਨਸ਼ੇ ਨੂੰ ਕਰਕੇ ਲੜਾਈਆਂ ਹੋ ਰਹੀਆਂ। ਇੱਕ ਮਾਮਲਾ ਸਾਹਮਣੇ ਆਇਆ ਕਿ ਨਸ਼ੇ ਦੇ ਚੱਕਰ 'ਚ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਜਾਨ ਤੋਂ ਮਾਰ ਦਿੱਤਾ। ਹਾਲਾਂਕਿ ਮਾਮਲਾ ਦਰਜ ਹੋ ਗਿਆ, 302 ਦਾ ਮਾਮਲਾ ਦਰਜ ਹੋ ਗਿਆ, ਲੇਕਿਨ ਅਮਰਜੀਤ ਦੀ ਮੌਤ ਹੋ ਚੁੱਕੀ ਹੈ। ਜਸਪਾਲ ਨੂੰ ਕਾਬੂ ਕਰ ਲਿਆ ਗਿਆ, ਲੇਕਿਨ ਲੋਕਾਂ 'ਚ ਜ਼ਰੂਰ ਰੋਸ਼ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ। ਲੋਕਾਂ ਦੀ ਇੱਥੇ ਜਿਹੜਾ ਹੈਗਾ ਇਕੱਠ ਹੋਇਆ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਚਾਹੇ ਉਹ ਨਸ਼ੇ ਨੂੰ ਲੈ ਕੇ ਜਾਂ ਫਿਰ ਗੁੰਡਾਗਰਦੀ ਦੀ ਅਸੀਂ ਗੱਲ ਕਰ ਲਈਏ, ਕਈ ਜਿਹੜੇ ਸ਼ਰਾਰਤੀ ਤੱਤਵ ਨੇ ਉਹ ਮਾਹੌਲ ਖਰਾਬ ਕਰਦੇ ਆ, ਜਿਸ ਨੂੰ ਲੈ ਕੇ ਲੋਕ ਇੱਥੇ ਇਕੱਠੇ ਹੋਏ ਨੇ। ਮਾਤਾ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਇੱਕ ਭਰਾ ਨੇ ਆਪਣੇ ਭਰਾ ਨੂੰ ਮਾਰਤਾ, ਕਾਰਨ ਇਹੀ ਰਿਹਾ ਨਸ਼ਾ? ਨਸ਼ਾ ਹੈ ਜੀ, ਨਸ਼ਾ। ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਇੱਥੇ ਹੈਗਾ? ਇੱਥੇ ਮਾਹੌਲ ਜੀ ਬਹੁਤ ਗੰਦਾ ਹੋ ਗਿਆ, ਕਿ ਪੁਲਿਸ ਬਿਲਕੁਲ ਨਹੀਂ ਆ ਰਹੀ ਤੇ ਨਸ਼ਾ ਬਹੁਤ ਜ਼ਿਆਦਾ, ਨਦੀ ਦੇ ਲਾਗ ਲਾਗ ਤਾਂ ਪੀ ਰਹੇ ਸਿਗਰਟਾਂ ਭਰ ਭਰ ਕੇ। ਹਾਂਜੀ, ਅਸਤਾਵ ਸਾਡੇ 300 ਦੇ ਸਾਹਮਣੇ ਪਾਰਕ ਹੈ, ਅਸੀਂ ਉਹਦੇ ਸਾਹਮਣੇ ਮੇਰਾ ਆਪਣਾ ਘਰ ਹੈ ਤੇ ਅਸੀਂ ਰਾਤ ਨੂੰ 11 ਵਜੇ 12 ਵਜੇ ਤੱਕ ਬਹੁਤ ਪਰੇਸ਼ਾਨ ਹੋਈਦਾ। ਮੁੰਡੇ ਇਕੱਠੇ ਹੋ ਕੇ ਜਿਹੜੇ ਬੈਂਚ ਬੁੰਚ ਸੀ ਉਹ ਵੀ ਸਾਰੇ ਤੋੜ ਤੋੜ ਕੇ ਖਿਲਾਰ ਕੇ ਚਲੇ ਜਾਂਦੇ ਆ ਸ਼ਰਾਬਾਂ। ਪੁਲਿਸ ਵਗੈਰਾ ਦਾ ਕੋਈ ਨਹੀਂ, ਕੋਈ ਸਾਧਨ ਨਹੀਂ, ਕੋਈ ਪੁਲਿਸ ਵਾਲਿਆਂ ਨੂੰ ਕੰਪਲੇਂਟ ਕਰਦੇ, ਲੇਕਿਨ ਉਹਨਾਂ ਕੋਲ SHO ਸਾਹਿਬ ਬੜੇ ਅੱਛੇ ਨੇ ਪਰ ਉਹਨਾਂ ਕੋਲ ਸਟਾਫ ਹੀ ਇੰਨਾ ਨਹੀਂ ਹੈਗਾ ਕਿ ਉਹ ਭੇਜ ਸਕਣ ਤੇ ਸਾਡੇ ਨਾਈਟ ਵਿੱਚ ਲੇਡੀਜ਼ ਦਾ ਨਿਕਲਣਾ ਬਹੁਤ ਪ੍ਰੋਬਲਮ ਆ ਰਹੀ ਹੈ, ਯਾਨੀ ਕਿ ਲੇਡੀਜ਼ ਨੂੰ ਵੀ ਪ੍ਰੋਬਲਮ ਹੁੰਦੀ ਹੈ। ਸਰ, ਨਸ਼ੇ ਨੂੰ ਲੈ ਕੇ ਗੁੰਡਾਗਰਦੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਮੈਡਮ ਨੇ ਦੱਸਿਆ ਕਿ ਲੇਡੀਜ਼ ਦਾ ਜਾਂ ਬੱਚਿਆਂ ਦਾ ਜਿਹੜਾ ਨਿਕਲਣਾ ਮੁਸ਼ਕਿਲ ਨਹੀਂ? ਹਾਂ, ਲੇਡੀਜ਼, ਬੱਚੇ, ਛੋਟੇ ਬਜ਼ੁਰਗ, ਇਹ ਅਸੀਂ ਅਨਸੇਫ ਫੀਲ ਕਰਦੇ ਹਾਂ। ਅੱਛਾ, ਪਾਰਕਾਂ ਦੇ ਵਿੱਚ ਵੀ ਜਿਵੇਂ ਸੁਬਹਾ ਸੈਰ ਕਰਨ ਜਾਂਦੇ ਹਾਂ ਜਾਂ ਰਾਤ ਨੂੰ ਵੀ, ਮੇਰੇ ਵੀ ਇੱਕ ਦੋ ਬੱਚੇ ਜਿਵੇਂ ਜਿਸ ਤਰ੍ਹਾਂ ਅਡੋਲਸੈਂਸ ਦੇ ਨੌਜਵਾਨ ਬੱਚੇ ਆ, ਉਹ ਹੁੰਦੀ ਹੈ, ਬਜ਼ੁਰਗ ਆਦਮੀ ਆ, 3-4 ਬੱਚੇ ਆ, ਫਿਰ ਉਹ ਥੋੜਾ ਜਿਹਾ ਅਵਾਇਡ ਹੀ ਕਰੀਦਾ। ਬਿਲਕੁਲ, ਦਿੱਕਤਾਂ ਹੈਗੀਆਂ, ਦਿੱਕਤਾਂ ਹੈਗੀਆਂ। ਹਾਂਜੀ, ਇਹ ਜੇ ਜੋ ਦਿੱਕਤ ਹੈ ਕਿ ਕਿਉਂਕਿ ਜੋ ਇਸ ਵੇਲੇ ਜਿਹੜੇ ਨਾਲ 25 ਸੈਕਟਰ ਹੈ ਉਹ ਵੀ ਰਿਹੈਬਲੀਟੇਸ਼ਨ ਨੇ, ਡੱਡੂ ਮਾਜਰਾ ਹੈ। ਅੱਛਾ, ਇੱਧਰ ਆਪਣਾ ਜੇ ਤਨਾਸ ਹੈ ਜਾਂ ਜਿਹੜੀ ਕਲੋਨੀ, ਜਿਹੜੀਆਂ ਹੋਰ ਕਲੋਨੀਆਂ ਨੇ, ਇਹ ਕਲੋਨੀ ਹੋਰ ਆਈ ਹੈ, ਤੋ ਜਨਸੰਖਿਆ ਤੇ ਵੱਧ ਗਈ। ਬਿਲਕੁਲ, ਤੇ ਕੁਛ ਜਿਹੜੇ ਬੈਡ ਐਲੀਮੈਂਟਸ ਵੀ ਵਿੱਚ ਆਏ ਨੇ, ਬੈਡ ਐਲੀਮੈਂਟਸ ਵਿੱਚ ਉਹਨਾਂ ਵਿੱਚ ਉਹਨਾਂ ਦੇ ਨਾਲ ਕੁਝ ਬੈਡ ਐਲੀਮੈਂਟਸ ਵਿੱਚ ਆਏ ਨੇ ਤੇ, ਲੇਕਿਨ ਹੁਣ ਇਸ ਵੇਲੇ ਜਿਹੜੇ ਪੁਲਿਸ ਦਾ ਜਿਹੜਾ ਦਬਦਬਾ ਹੁੰਦਾ ਹੈ ਤੇ ਜਿਹੜਾ ਥੋੜਾ ਜਿਹਾ ਉਹਨਾਂ ਦੀ ਪ੍ਰੋਪਰ ਅਗਰ ਸਿਕਿਉਰਿਟੀ ਚੱਲਦੀ ਰਹੇ ਤੇ ਉਹ, ਕਿਉਂਕਿ ਹੁਣ ਇਸ ਵੇਲੇ ਜਿਹੜੇ ਲੋਕ ਜਿਹੜੇ ਇੱਥੇ ਜਿਹੜੇ ਪਾਰਕਾਂ 'ਚ ਆਉਂਦੇ ਨੇ ਜਾਂ ਜਦੋਂ ਮਾਰਕੀਟ 'ਚ ਜਾਂਦੇ ਨੇ, ਬੱਚੀਆਂ ਖਾਸ ਕਰਕੇ ਜੋ ਨੇ ਇਨਸਿਕਿਉਰ ਫੀਲ ਕਰ ਰਹੇ। ਇਨਸਿਕਿਉਰ ਤਾਂ ਹੈਗੀ ਹੈ ਕੌਂਸਲ ਸਾਹਿਬ, ਇਹ ਜਿਸ ਤਰ੍ਹਾਂ ਕਾਫੀ ਇੱਕ ਮੰਦਭਾਗੀ ਵੀ ਘਟਨਾ ਆਈ ਹੈ, ਜਿਸ ਤਰ੍ਹਾਂ ਆਪਣੇ ਭਰਾ ਨੇ ਆਪਣੇ ਹੀ ਭਰਾ ਤੋਂ ਮਾਰਤਾ, ਨਸ਼ਾ ਕਾਰਨ ਰਿਹਾ? ਦੇਖੋ, ਮੈਂ ਨਸ਼ਾ ਕਾਰਨ ਤਾਂ ਮੈਡੀਕਲ ਰਿਪੋਰਟ ਦੱਸੇਗੀ, ਨਸ਼ਾ ਕੀਤਾ ਨਹੀਂ ਕੀਤਾ ਉਹਨਾਂ ਨੇ, ਪਰ ਮੈਨੂੰ ਦੱਸਿਆ ਕਈਆਂ ਨੇ ਕਿ ਦਾਰੂ ਵਗੈਰਾ ਪੀਂਦੇ ਹੀ ਸੀਗੇ, ਤਾਂ ਇਹ ਵੀ ਹੈ ਨਸ਼ਾ ਹੀ ਕਾਰਨ ਲੱਗ ਰਿਹਾ ਜੋ ਲੱਗ ਰਿਹਾ। ਬਾਕੀ ਪਿੰਡ ਚ ਰਹਿੰਦੇ ਸੀਗੇ, ਕਿਉਂਕਿ ਮੇਰਾ ਪਿੰਡ ਤਾਂ ਆਪਣਾ ਜੱਦੀ ਪਿੰਡ ਹੈ, ਤਾਂ ਜੁਆਇੰਟ ਫੈਮਿਲੀ ਰਹਿੰਦੇ ਸੀਗੇ ਉਹਨਾਂ ਦੇ, ਪਿਤਾ ਜੀ ਸ਼ਾਇਦ ਹੈ ਹੀ ਨਹੀਂ ਪਹਿਲਾਂ ਹੀ, ਚਾਚਾ ਜੀ ਰਾਤੀ ਲੇਟ ਆਉਂਦੇ ਸੀਗੇ ਘਰ, ਤਾਂ ਬੱਚੇ ਵੀ ਜਿਹੜੇ ਹੈਗੇ, ਜਿਹੜਾ ਮੁੰਡਾ ਮਰਿਆ ਉਹ ਆਟੋ ਚਲਾਉਂਦਾ ਸੀਗਾ, ਦੂਜਾ ਮੁੰਡਾ ਸ਼ਾਇਦ ਮੈਨੂੰ ਪਤਾ ਲੱਗਿਆ ਵੀ ਪੰਜਾਬ ਯੂਨੀਵਰਸਿਟੀ ਕੰਮ ਕਰਦਾ ਸੀਗਾ, ਤਾਂ ਮੇਨ ਤਾਂ ਨਸ਼ਾ ਤਾਂ ਹੈ ਹੀ ਹੈ। ਨਸ਼ਾ ਤਾਂ ਹੁਣ ਤਕਰੀਬਨ ਜਿਹੜੇ ਹੈਗੇ ਆ ਲੋਕ ਕਲੋਨੀਆਂ ਪਿੰਡਾਂ ਚ ਤਕਰੀਬਨ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਹੈ ਹੀ ਹੈ। ਤੁਸੀਂ ਲਗਾਤਾਰ ਲੋਕਾਂ ਨਾਲ ਗੱਲਬਾਤ ਕਰਦੇ ਹੋ, ਮਾਹੌਲ ਕੀ ਹੈ ਜਿਸ ਤਰ੍ਹਾਂ ਲਗਾ ਕਿ ਲੇਡੀ ਦਾ ਨਿਕਲਣਾ ਬਾਹਰ ਮੁਸ਼ਕਿਲ ਹੈਗਾ, ਜਿਹੜਾ ਗੁੰਡਾਗਰਦੀ ਜਾਂ ਬੁਲਟ ਦੇ ਪਟਾਕੇ ਜਾਂ ਫਿਰ ਨਸ਼ਾ? ਬ੍ਰਦਰ, ਮੈਂ ਜਿਹੜੀ ਹੈਗੀ ਆ ਤੁਸੀਂ ਚੀਜ਼ਾਂ ਮੈਨੂੰ ਜਿਹੜੀ ਦੱਸ ਰਹੇ ਹੋ, ਮੈਂ ਤਾਂ ਡੇਲੀ ਮੇਰੇ 11 ਤੋਂ 2 ਮੈਂ ਇੱਥੇ ਆਪਣੇ ਆਫਿਸ ਬੈਠਦਾ, ਮੇਰੇ ਕੋਲ ਲੋਕ ਸਾਰੇ ਸ਼ਿਕਾਇਤਾਂ ਲੈ ਕੇ, ਲੇਡੀਜ਼ ਸ਼ਿਕਾਇਤਾਂ ਲੈ ਕੇ ਆਉਂਦੀ, ਬਜ਼ੁਰਗ ਸ਼ਿਕਾਇਤਾਂ ਲੈ ਕੇ ਆਉਂਦੇ ਆ, ਤਾਂ ਜ਼ਿਆਦਾਤਰ ਉਰੇ ਸਕਿਉਰਟੀ ਦਾ ਪਰਪਸ ਹੈ ਹੀ ਹੈ ਪੁਲਿਸ ਦਾ। ਮੈਂ 2-3 ਵਾਰੀ SSP ਸਾਹਿਬ ਨੂੰ ਵੀ ਮਿਲੇ ਆ, DGP ਸਾਹਿਬ ਨੂੰ ਵੀ ਮਿਲੇ ਆ। ਅੱਛਾ, ਕਈ ਵਾਰ ਤਾਂ ਮੇਰੀ SHO ਸਾਹਿਬ ਨਾਲ ਕੋਈ ਆਪਣੇ ਕੋਈ ਡੋਲ ਤਾਂ ਸਾਂਝੀ ਹੈ ਨਹੀਂ ਸਾਡੀ, ਮੇਰੇ ਕੋਲ ਲੋਕ ਆਣਗੇ ਤਾਂ ਮੈਂ ਸ਼ਿਕਾਇਤ ਜਿਹੜੀ ਹੈਗੀ ਮੈਨੂੰ ਕਰਨਗੇ, ਮੈਂ ਅੱਗੇ ਜਿਹੜਾ ਕਿਸਾਨ ਡਿਪਾਰਟਮੈਂਟ ਹੈ ਉਹਨਾਂ ਨੂੰ ਤਾਂ ਪੁੱਛੂੰਗਾ ਹੀ, ਤਾਂ
ਉਹ ਵੀ ਆਪਣੀ ਜਗ੍ਹਾ ਮਜਬੂਰ ਹੈ ਕਿ ਸਾਡੇ ਜਿਹੜੇ ਉਰੇ ਥਾਣਾ ਹੈ ਸਾਰੰਗਪੁਰ ਥਾਣਾ ਕਹਿੰਦੇ ਆ, ਇਹਦੇ ਜੋ ਪਤਾ ਲੱਗਿਆ ਮੈਨੂੰ ਸਿਰਫ ਉਰੇ ਜਿਹੜੇ ਐਸ ਐਚ ਓ ਸਮੇਤ 50 ਮੁਲਾਜ਼ਮ ਹੈ, ਸਟਾਫ ਦੀ ਘਾਟ ਹੈ, ਬਹੁਤ ਜ਼ਿਆਦਾ ਘਾਟ ਹੈ। 8400 ਫਲੈਟ ਹੈ ਈ ਡਬਲਯੂ ਐਸ ਜਿੱਥੇ ਥਾਣਾ, ਉੱਥੇ ਦੇਖ ਲਓ ਕਿੰਨੇ ਆ, 4 ਮੰਜ਼ਲੀਆਂ, 8400 ਫਲੈਟ ਹੈ, ਬਹੁਤ ਵੱਡਾ ਅਤਨਾਸ। ਮੇਰੀ ਵਾਰਡ ਚ ਜਿਹੜਾ ਹੈਗਾ ਘੱਟੋ ਘੱਟ 60-70 ਹਜ਼ਾਰ ਤਾਂ ਲੋਕ ਇਧਰ ਹੀ ਹੈ, ਇੰਨੀ ਆਬਾਦੀ ਹੈ। ਬਾਕੀ ਖੁੱਡਾ ਜੱਸੂ, ਖੁੱਡਾ ਲਾਹੌਰਾ, ਮੇਨ ਇਹ ਪਟਿਆਲੇ ਦੀ ਰੋਹ ਦੀ ਨਦੀ ਸਾਰੀ ਮੇਰੀ ਵਾਰਡ ਚ ਤਕਰੀਬਨ, ਬਾਰਡਰ ਏਰੀਆ ਬਿਲਕੁਲ ਪੰਜਾਬ ਏਰੀਆ, ਬਾਰਡਰ ਏਰੀਆ, ਤੋਗਾਂ ਤੇਡੇ ਤੋਂ ਲੋਕ ਆਉਂਦੇ ਆ, ਮਾਰਬਲ ਮਾਰਕੀਟ ਹੈ, ਕੁਆੜੀ ਮਾਰਕੀਟ ਹੈ, ਠੀਕ ਹੈ ਜੀ। ਤਾਂ ਹੁਣ ਪਤਾ ਨੀ ਕਿੱਥੇ ਕਿੱਥੇ ਲੋਕ ਬੈਠੇ ਆ, ਕਿਵੇਂ ਕਿਵੇਂ ਦੇ ਲੋਕ ਬੈਠੇ ਆ, ਯਾਨੀ ਦਿੱਕਤ ਤਾਂ ਹੈਗੀ ਹੈ, ਬਹੁਤ ਜ਼ਿਆਦਾ ਦਿੱਕਤ ਹੈ। ਇਹ ਤਾਂ ਨੋਰਮਲੀ ਆਮ ਗੱਲ ਹੈ ਕਿ ਲੋਕ ਸਕੂਟਰਾਂ ਮੋਟਰਸਾਈਕਲ ਵਾਲੇ ਪਟਾਕੇ ਮਰਾਉਂਦੇ ਆ, ਤਾਂ ਕਹਿ ਕਹਿ ਕੇ ਥੱਕ ਗਏ। ਮੈਂ ਵੀ ਇਹ, ਮੈਨੂੰ ਵੀ, ਬਲਕਿ ਲੋਕੀ ਮੈਨੂੰ ਸ਼ਿਕਾਇਤ ਕਰਕੇ ਥੱਕ ਗਏ, ਮੈਂ ਵੀ ਅੱਗੇ ਸ਼ਿਕਾਇਤ ਕਰਕੇ ਥੱਕ ਗਿਆ, ਪਰ ਸੋਲੂਸ਼ਨ ਅੱਜ ਤੱਕ ਨਹੀਂ ਹੋਇਆ। ਤੇ ਦਿੱਕਤ ਤਾਂ ਜ਼ਰੂਰ ਹੈ, ਜਿੱਦਾਂ ਕਾਉਂਸਲਰ ਸਾਹਿਬ ਨੇ ਵੀ ਦੱਸਿਆ, ਔਰ ਲੋਕਾਂ ਚ ਵੀ ਕਾਫੀ ਲਗਾਤਾਰ ਇਸ ਤਰ੍ਹਾਂ ਦੀ ਪ੍ਰੋਬਲਮਸ ਆ ਰਹੀ ਹੈ, ਲੋਕਾਂ ਦੀ ਸ਼ਿਕਾਇਤਾਂ ਆਉਂਦੀ ਹੈ। ਹਾਲਾਂਕਿ ਪੁਲਿਸ ਤੇ ਵੀ ਕੰਪਲੇਂਟ ਹੁੰਦੀ ਹੈ, ਚਾਹੇ ਉਹ ਨਸ਼ਾ ਨੂੰ ਲੈ ਕੇ ਹੋਵੇ, ਚਾਹੇ ਉਹ ਗੁੰਡਾਗਰਦੀ ਦੀ ਗੱਲ ਹੋਵੇ, ਕਈ ਚੀਜ਼ਾਂ ਨੂੰ ਲੈ ਕੇ, ਹਾਲਾਂਕਿ ਪੁਲਿਸ ਜ਼ਰੂਰ ਦਾਅਵੇ ਕਰਦੀ ਹੈ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਈ ਚੀਜ਼ਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੇ ਵੀ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਫੜਨਾ ਜ਼ਰੂਰੀ ਹੈ। ਸਰ, ਜਿੱਦਾਂ ਤੁਸੀਂ ਕਿਹਾ, 2-3 ਚੀਜ਼ਾਂ ਬਹੁਤ ਅਹਿਮ ਹੈ, ਲੇਕਿਨ ਲਾਅ ਐਂਡ ਆਰਡਰ ਜਾਂ ਫਿਰ ਜਿਹੜੇ ਸ਼ਰਾਰਤੀ ਤੱਤਵ ਹੈ, ਇਹ ਵੀ ਪੁਲਿਸ ਦਾ ਕੰਮ ਹੁੰਦਾ ਕਿ ਸਾਰੀ ਚੀਜ਼ਾਂ ਨੂੰ ਲੈ ਕੇ ਕੰਮ ਕੀਤਾ ਜਾਵੇ। ਬ੍ਰਦਰ, ਪੁਲਿਸ ਦਾ ਹੀ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ, ਪੁਲਿਸ ਦਾ ਕੰਮ ਹੈ। ਹੁਣ ਤੁਸੀਂ ਦੇਖੋਗੇ ਜਿੱਥੇ ਮੇਰੀ ਇਹ ਧਨਾਸ ਲੇਖ ਬਣਾਈ ਹੈ, ਬਹੁਤ ਵਧੀਆ ਲੇਖ ਬਣੀ ਹੈ, ਠੀਕ ਹੈ ਜੀ। ਲੋਕੀ, ਲੇਡੀਜ਼, ਬੱਚੇ ਸਾਰੇ ਸਵੇਰੇ ਸ਼ਾਮ ਸੈਰ ਕਰਦੇ ਆ, ਪਰ ਉੱਥੇ ਜਾਣ ਤੋਂ ਵੀ ਲੋਕ ਕੁਤਰਾ ਰਹੇ ਆ ਕਿ ਨਹੀਂ ਜਾਣਾ। ਸਰ, ਕਾਰਨ ਇਹੀ ਹੈ, ਜੰਗਲ ਹੈ, ਫੋਰੈਸਟ ਹੈ, ਨਦੀ ਹੈ, ਨਾਲ ਉੱਥੇ ਲੋਕ ਜੋ ਵੀ ਹੈ ਆਨੇ ਹੈ ਜੀ, ਨਸ਼ੇੜੀ ਆਨੇ ਹੈ, ਠੀਕ ਹੈ ਜੀ। ਹੁਣ ਮੈਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ, ਕਿਉਂਕਿ ਸਾਹਮਣੇ ਤਾਂ ਨਹੀਂ ਹੋ ਸਕਦੇ ਮੇਰੇ, ਮੈਨੂੰ ਅੱਗ ਚੋਰੀ ਦੱਸਦੇ ਆਗੇ ਲੇਡੀਜ਼, ਉਹ ਆਮਣੇ ਸਾਹਮਣੇ ਹੁਣ ਜੋ ਡਰਦੀ ਹੈ, ਕਹਿੰਦੀ ਅਸੀਂ ਗਏ ਹਾਂ ਜੀ ਉੱਥੇ, ਸਾਨੂੰ ਪੈਟਰੋਲਿੰਗ ਵਗੈਰਾ ਵੀ ਨਹੀਂ ਉੱਥੇ, ਪੈਟਰੋਲਿੰਗ ਅਗਰ ਹੁੰਦੀ ਤਾਂ ਇਦਾਂ ਦਾ ਕੰਮ ਨਾ ਹੁੰਦਾ। ਪੈਟਰੋਲਿੰਗ ਦੀ ਵੀ ਪ੍ਰੋਬਲਮ ਹੈ, ਬਿਲਕੁਲ ਪੈਟਰੋਲਿੰਗ ਦੀ ਵੀ ਪ੍ਰੋਬਲਮ ਹੈ, ਔਰ ਜੰਗਲ ਦਾ ਏਰੀਆ ਹੈ, ਬਿਲਕੁਲ ਬਾਰਡਰ ਏਰੀਆ, ਪੰਜਾਬ ਦਾ ਲੱਗਦਾ ਏਰੀਆ ਹੈ, ਤਾਂ ਪੁਲਿਸ ਨੂੰ ਵੀ ਜ਼ਰੂਰ, ਹਾਲਾਂਕਿ ਪ੍ਰਸ਼ਾਸਨ ਦਾਅਵੇ ਜ਼ਰੂਰ ਕਰਦਾ, ਲੇਕਿਨ ਇਸ ਤਰ੍ਹਾਂ ਦੇ ਨਸ਼ੇ ਜਾਂ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਇਹਦੇ ਵੀ ਸੀਨੀਅਰ ਅਧਿਕਾਰੀਆਂ ਨੂੰ ਵੀ ਸੰਗਿਆਨ ਲੈਣਾ ਪਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।